ਪਾਈਏ ਮਿੰਟੂ ਜੀ ਜ਼ਰਾ ਕੰਗਣਾ ਵਾਲੇ ਮਸਲੇ ਦੇ ਉੱਤੇ, ਇਹ ਮਸਲਾ ਵੀ ਵੱਡਾ ਹੀ ਬਣਿਆ ਹੋਇਆ ਹੁਣ ਇਸ ਵੇਲੇ ਤਾਂ। ਇੱਕ ਵੀਰ ਦਾ ਇੱਧਰੋਂ ਕਮੈਂਟ ਸੀਗਾ, ਕਹਿੰਦੇ ਕਿ ਬਈ ਫਿਰ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਨਾਲ ਵਰਦੀ ਦੇ ਵਿੱਚ ਹੁਣ ਜੇ ਕੋਈ ਦੇਖੂਗਾ ਤਾਂ ਉਹਨਾਂ 'ਤੇ ਫਿਰ ਸ਼ੱਕ ਹੀ ਹੋਏਗਾ ਜੀ, ਕਹਿੰਦੇ ਕਿ ਬਈ। ਪਰ ਇਹ ਵੀ ਪੂਰਾ ਮਾਮਲਾ ਮਿਲਦਾ ਵੀ ਆਪਾਂ ਇੱਥੋਂ ਸਟੂਡੀਓ 'ਚ ਨਿਕਲੇ ਮਿੰਟੂ ਜੀ, ਉਸ ਤੋਂ ਬਾਅਦ ਨਾ ਇਸ ਮਾਮਲੇ ਨੇ ਕਹਿ ਲਓ ਕਿ ਨਾ ਵੀ ਚਾਰੇ ਪਾਸੇ ਹਨੇਰੀ ਮਚਾ ਦਿੱਤੀ। ਵੈਸੇ ਤਾਂ ਹਨੇਰੀ ਪੰਜਾਬ 'ਚ ਵੀ ਆਈ, ਪਰ ਸੋਸ਼ਲ ਮੀਡੀਆ ਕਹਿ ਲਓ, ਮੀਡੀਆ ਕਹਿ ਲਓ, ਜਾਂ ਕਹਿ ਲਓ ਕਿ ਵੀ ਪ੍ਰਿੰਟ ਕਹਿ ਲਓ, ਡਿਜੀਟਲ ਮੀਡੀਆ, ਜਿਹੜਾ ਮਰਜ਼ੀ ਕਹਿ ਲਓ, ਸਾਰੇ ਪਾਸੇ ਹੀ ਇਹ ਖਬਰ ਮਿਲਣ ਲੱਗਦਾ ਵੀ ਅੱਗ ਵਾਂਗੂ ਫੈਲ ਗਈ ਕੱਲ੍ਹ ਦੀ। ਹਾਲੇ ਵੀ ਕੰਮ ਚੱਲੀ ਜਾਂਦਾ ਮੈਨੂੰ ਲੱਗਦਾ ਵਿੱਚ। ਪਹਿਲੀ ਗੱਲ ਤਾਂ ਕਿ ਵਰਦੀ 'ਚ ਥੱਪੜ, ਇਹਦੇ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਦੋ ਤਰ੍ਹਾਂ ਦੀ ਰਾਏ ਆ ਜੀ। ਇੱਕ ਥੱਪੜ ਦੇ ਹੱਕ 'ਚ, ਇੱਕ ਕਹਿ ਰਹੇ ਆ ਕਿ ਨਹੀਂ ਅਜਿਹੀ ਕਾਰਵਾਈ ਨਹੀਂ ਅਸੀਂ ਕਰਨੀ ਚਾਹੀਦੀ। ਦੋ ਰਾਏ ਨੇ। ਵੇਖੋ, ਜੇ ਆਪਾਂ ਪਿਛਲੀ ਖਬਰ 'ਚ ਇਹ ਗੱਲ ਕਹਿ ਕੇ ਆਏ ਕਿ ਯਾਰ ਨਹੀਂ ਤੁਸੀਂ ਸਿਆਸਤ ਦੀ ਲੜਾਈ ਲੜੋ, ਵਿਚਾਰਕ ਲੜਾਈ ਲੜੋ, ਇੱਕ ਦੂਜੇ ਦੀਆਂ ਲੱਤਾਂ ਨਾ ਤੋੜੋ, ਹੁਣ ਮੈਂ ਉੱਠ ਕੇ ਕਹਾਂ ਕਿ ਬਈ ਥੱਪੜ ਮਾਰ ਦਿਆ ਕਰੋ, ਮੇਰੇ ਖਿਆਲ ਦੇ ਨਾਲ ਫਿਰ ਉਹ ਠੀਕ ਨਹੀਂ ਹੈ। ਮੈਨੂੰ ਯਾਦ ਆ ਉਦੋਂ ਵੀ ਮੈਨੂੰ ਕਾਫੀ ਕੋਸਿਆ ਗਿਆ ਜਦੋਂ ਜਰਨੈਲ ਸਿੰਘ ਨੇ ਜੁੱਤੀ ਮਾਰੀ ਸੀਗੀ ਜੀ। ਬਾਅਦ ਦੇ ਵਿੱਚ ਕਿਉਂਕਿ ਇੱਕ ਟਾਕ ਸ਼ੋਅ ਦੇ ਵਿੱਚ ਮੈਂ ਆਈਓ ਸਟੈਂਸ ਰੱਖਿਆ ਸੀਗਾ ਕਿ ਯਾਰ ਇਹ ਚੀਜ਼ਾਂ ਠੀਕ ਨਹੀਂ ਹੈ। ਜਰਨੈਲ ਸਿੰਘ ਨੇ ਜਦੋਂ ਜੁੱਤੀ ਸੁੱਟੀ, ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ MLA ਬਣਾ ਦਿੱਤਾ। ਉਦੋਂ ਪਹਿਲਾਂ SGPC ਨੇ ਵੀ ਕਾਫੀ ਜ਼ਿਆਦਾ ਇਨਾਮਾਤ ਐਲਾਨੇ ਸੀਗੇ, ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਉਹ ਜਦੋਂ ਲੰਬੀ 'ਚ ਆਏ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਅਕਾਲੀ ਉਲਟ ਹੋ ਗਏ, ਲੜਾਈ ਹੋਈ, ਉਹ ਹਾਰ ਗਏ 17 ਵਾਲਾ ਇਲੈਕਸ਼ਨ। ਆਪਾਂ ਕਵਰ ਵੀ ਕਰ ਰਹੇ ਸੀ ਉਹਨਾਂ ਦੇ ਪ੍ਰੋਗਰਾਮ ਉਸ ਵੇਲੇ। ਮੈਂ ਉਸ ਵੇਲੇ ਇਹ ਗੱਲ ਕਹੀ ਸੀਗੀ ਕਿ ਅੱਜ ਜਰਨੈਲ ਸਿੰਘ ਦੇ ਇਸ ਕਾਰੇ ਨੂੰ ਜੇਕਰ ਤੁਸੀਂ ਦੇਖੋਗੇ ਤਾਂ ਠੀਕ ਆ, ਰੋਸ ਹੈ, 84 ਦਾ ਨਿਆਂ, 84 ਕਤਲੇਆਮ ਦਾ ਜੋ ਰੋਹ ਹੈ ਉਹਦਾ ਇੱਕ ਪ੍ਰਗਟਾਵਾ ਹੈ ਜੀ। ਪਰ ਜਦੋਂ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਕੇਜਰੀਵਾਲ ਹੋਰਾਂ 'ਤੇ ਚਪੇੜਾਂ, ਜੁੱਤੀਆਂ, ਇਹਨਾਂ ਚੀਜ਼ਾਂ ਦੀ ਬਰਸਾਤ ਹੋ ਗਈ। ਸ਼ਾਹੀ ਯਾਦ ਹੈ ਤੁਹਾਨੂੰ, ਆ ਬੱਗੇ ਹੋਰਾਂ ਨੇ, ਇਹ ਇੱਕ ਮਤਲਬ ਕਿ ਜਿੱਦਾਂ ਕਹਿ ਲਈਏ ਕਿ ਇਹ ਗੈਂਗ ਹੀ ਬਣ ਗਿਆ ਸੀ ਮੁੜ ਕੇ। ਦਿੱਲੀ 'ਚ ਕੀ ਕੁਛ ਹੋਇਆ ਤੁਹਾਨੂੰ ਯਾਦ ਹੋਣਾ ਜੀ, ਅਰਵਿੰਦ ਕੇਜਰੀਵਾਲ 'ਤੇ ਬਹੁਤ ਵਾਰੀ ਹਮਲਾ ਹੋ ਗਿਆ। ਹੁਣ ਜਿਹੜੇ ਲੋਕ ਉਸ ਵੇਲੇ ਜਰਨੈਲ ਸਿੰਘ ਦੀ ਕਾਰਵਾਈ ਨੂੰ ਜਾਇਜ਼ ਠਹਿਰਾ ਰਹੇ ਸੀਗੇ, ਮੁੜ ਕੇ ਉਹਨਾਂ ਨੇ ਪਿੱਟਣਾ ਸਟਾਰਟ ਕਰ ਦਿੱਤਾ ਕਿ ਇਹ ਤਾਂ ਯਾਰ ਕੇਜਰੀਵਾਲ ਨੂੰ ਤਾਂ ਕੋਈ ਵੀ ਖੜਕਾਈ ਜਾਂਦਾ। ਅਸੀਂ ਉਦੋਂ ਵੀ ਕਿਹਾ ਕਿ ਇਹ ਵੀ ਗਲਤ ਹੈ ਯਾਰ। ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬ ਦੇ ਵਿੱਚ ਗੁਰੀ ਨੇ ਜੁੱਤੀ ਮਾਰੀ ਸਟੇਜ 'ਤੇ, ਫਿਰ ਧਨੌਲੇ ਵਾਲੇ ਨੇ ਮਾਰੀ, ਫਿਰ ਇਸ ਤੋਂ ਇਲਾਵਾ ਰੱਤੇ ਖੇੜੇ 'ਚ, ਸੰਗਤ ਦਰਸ਼ਨ 'ਚ ਪ੍ਰਕਾਸ਼ ਸਿੰਘ ਬਾਦਲ ਦੇ ਵੱਜੀ ਰੱਤੇ ਖੇੜੇ ਤੋਂ ਸੁੱਟੀ ਜੁੱਤੀ, ਹਾਂਜੀ ਜੁੱਤੀ ਸੁੱਟੀ ਗਈ, ਮਤਲਬ ਕਿ ਉਹ ਚੀਜ਼ਾਂ ਤੁਰੀਆਂ ਗਈਆਂ ਅੱਗੇ ਫਿਰ ਕੜੀ ਦਰ ਕੜੀ। ਸੋ ਇਸ ਕਰਕੇ ਮੈਂ ਉਸ ਵੇਲੇ ਵੀ ਇਹ ਚੀਜ਼ਾਂ ਸਮਝਦਾ ਸੀਗਾ ਕਿ ਯਾਰ ਇਹ ਗਾਂਹ ਜਾ ਕੇ ਵਰਤਾਰਾ ਬਣ ਜਾਂਦੀਆਂ ਨੇ। ਤਾਂ ਜਿਹੜੇ ਲੋਕ ਕਦੇ ਕਿਸੇ ਦਾ ਸਮਰਥਨ ਕਰ ਰਹੇ ਹੁੰਦੇ, ਕਿਸੇ ਟਾਈਮ ਜਦੋਂ ਉਹਨਾਂ ਦੇ ਆਪਣੇ ਬੰਦੇ 'ਤੇ ਕੋਈ ਚੀਜ਼ ਇਸ ਤਰ੍ਹਾਂ ਦੀ ਲੱਗਦੀ ਹੈ ਤਾਂ ਫਿਰ ਉਹ ਖਿਲਾਫਤ ਕਰਦੇ ਨੇ। ਸੋਚ ਕੇ ਦੇਖੋ ਕਿ ਜਿਸ ਤਰ੍ਹਾਂ ਦਾ ਐਂਗਲ ਦਿੱਤਾ ਜਾ ਰਿਹਾ, ਕਮਿਊਨਲ ਐਂਗਲ ਦਿੱਤਾ ਜਾ ਰਿਹਾ। ਸਾਡਾ ਕੋਈ MP ਹੋਵੇ, ਚੁਣਿਆ ਸਾਡਾ MP, ਪੰਥਕ ਸੋਚ ਦਾ ਧਾਰਨੀ, ਕੱਲ੍ਹ ਨੂੰ ਦਿੱਲੀ 'ਚ ਉਹਦੇ ਨਾਲ ਇਸ ਤਰ੍ਹਾਂ ਹੋਵੇ ਅਸੀਂ ਜਰ ਲਵਾਂਗੇ? ਜਾਂ ਕਿਸੇ ਅਦਰ ਸਟੇਟ 'ਚ, ਕਿਤੇ ਕਿਸੇ ਵੀ ਅਦਰ ਸਟੇਟ 'ਚ ਹੋਵੇ, ਸਾਡਾ ਨੁਮਾਇੰਦਾ ਹੋਵੇ ਜੀ, ਤਾਂ ਮੇਰਾ ਮੰਨਣਾ ਇਹ ਆ ਕਿ ਜੋ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ। ਪਰ ਗੱਲ ਦੂਸਰੇ ਪੱਖ ਤੋਂ ਵੀ ਆ, ਦੂਸਰੇ ਪੱਖ ਤੋਂ ਇਹ ਆ ਕਿ
ਜਦੋਂ ਤੁਸੀਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਹੋ ਨਾ ਕਿਸੇ ਨਾਲ, ਤਾਂ ਉਸ ਨਫ਼ਰਤ ਦੇ ਸ਼ਿਕਾਰ ਤੁਸੀਂ ਵੀ ਹੁੰਦੇ ਹੋ, ਕਿਉਂਕਿ ਜਦੋਂ ਤੁਸੀਂ ਕਿਸੇ ਵਰਗ ਨੂੰ, ਕਿਸੇ ਧਰਮ ਨੂੰ, ਕਿਸੇ ਵੀ ਜਮਾਤ ਨੂੰ ਜ਼ਿਆਦਾ ਨਫ਼ਰਤ ਕਰੋਗੇ ਤਾਂ ਉਹ ਤੁਹਾਡੇ ਨਾਲ ਪਿਆਰ ਨਹੀਂ ਕਰੇਗਾ। ਯਾਨੀ ਉਦੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ ਨਫ਼ਰਤ ਤੁਹਾਨੂੰ ਹੋਏਗੀ। ਕੰਗਣਾ ਮਿਸਾਲ ਹੈ, ਇਸਨੇ ਨਫ਼ਰਤ ਵੰਡੀ, ਪਾਇਆ ਕੀ? ਨਫ਼ਰਤ ਜੀ, ਨਫ਼ਰਤ ਹੀ ਪਾਈ ਹੈ ਨਾ ਬਦਲੇ 'ਚ, ਪਿਆਰ ਤਾਂ ਨਹੀਂ, ਬਹੁਤ ਘੱਟ ਸੋਸ਼ਲ ਮੀਡੀਆ ਤੇ ਕਿਤੇ ਵੀ ਨਹੀਂ ਹੈ। ਤਾਂ ਗੱਲ ਇਹ ਆ ਕਿ ਕੰਗਣਾ ਰਣੌਤ ਇੱਕ ਐਸੀ ਬੀਬੀ ਆ ਜਿਹਨੂੰ ਮੇਰੇ ਹਿਸਾਬ ਕਿਤਾਬ ਦੇ ਨਾਲ ਹਾਲੇ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਸੀ, ਪਰ ਉਹਨੇ ਸ਼ੋਰਟਕੱਟ ਸਿੱਖਿਆ। ਉਹਨੇ ਇਹ ਸਾਰੀਆਂ ਚੀਜ਼ਾਂ ਯਾਨੀ ਮੁਤਸਵੀ ਸੋਚ ਦੇ ਨਾਲ ਚਲੋ ਕੀਤੀਆਂ ਅਤੇ ਸਰ ਵੀ ਕੀਤਾ, ਐਮ ਪੀ ਬਣ ਗਈ ਉਹ ਆਪਦੀ ਜਗ੍ਹਾ। ਕਿ ਨਫ਼ਰਤ ਦੀ ਜਿਹੜੀ ਉਸਨੇ ਖੇਤੀ ਕੀਤੀ ਉਹ ਉਹਨੇ ਕੱਟੀ ਵੀ ਆ, ਚਾਹੇ ਉਹ ਆਲੋਚਨਾ ਦੇ ਰੂਪ ਦੇ ਵਿੱਚ ਆ, ਚਾਹੇ ਹੁਣ ਥੱਪੜ ਦੇ ਰੂਪ ਦੇ ਵਿੱਚ ਆ ਜੀ। ਪਰ ਇੱਕ ਕਹਾਣੀ ਉੱਥੋਂ ਜਿਹੜੀ ਨਿਕਲ ਕੇ ਆ ਰਹੀ ਆ, ਅਸੀਂ ਉਹਦੇ 'ਤੇ ਗੌਰ ਨਹੀਂ ਕਰ ਰਹੇ। ਹੁਣ ਜਦੋਂ ਮੈਂ ਕਹਿੰਦਾ ਕਿ ਯਾਰ ਥੱਪੜ ਥੁੱਪੜ ਇਹ ਗਲਤ ਆ, ਅਤੇ ਮੈਂ ਇੱਕ ਵੀਡੀਓ 'ਚੋਂ ਹੋਰ ਚੀਜ਼ ਨੋਟ ਕੀਤੀ ਆ, ਕਿਸੇ ਨੇ ਕੀਤੀ ਆ ਕਿ ਨਹੀਂ ਮੈਨੂੰ ਨਹੀਂ ਪਤਾ, ਕਿ ਕੰਗਣਾ ਦੇ ਨਾਲ ਇੱਕ ਗੌਰ ਨਾਲ ਵੇਖੋ ਹੁਣ ਉਸ ਵੀਡੀਓ ਨੂੰ, ਬੈਕ ਕਰ ਲਿਓ ਤੁਸੀਂ ਜਿੱਥੇ ਵੀ ਉਹ ਵੀਡੀਓ ਤੁਹਾਡੇ ਕੋਲ ਹੋਈ ਮੌਜੂਦ ਜੀ। ਉਹਦੇ ਨਾਲ ਇੱਕ ਹਿਮਾਚਲੀ ਟੋਪੀ ਵਾਲਾ ਬੰਦਾ ਲੰਬਾ ਜਿਹਾ ਜੀ, ਚਿੱਟਾ ਉਹਦੇ ਸ਼ਾਇਦ ਕੁੜਤਾ ਪਾਇਆ ਵੈ, ਸ਼ਾਇਦ ਜੇ ਮੈਂ ਗਲਤ ਨਹੀਂ ਹਾਂ ਜਾਂ ਮੇਰੀ ਜਜਮੈਂਟ ਜਿਹੜੀ ਆ ਉਹ ਠੀਕ ਹੈ, ਤਾਂ ਕੰਗਣਾ ਦੇ ਨਾਲ ਹੀ ਇੱਕ ਕੁੜੀ ਆ ਸਟਾਫ ਦੀ, ਉਹ ਉਹਨੂੰ ਥੱਪੜ ਮਾਰ ਰਿਹਾ। ਪਤਾ ਨਹੀਂ ਕਿਸ ਗੱਲੋਂ ਤੈਸ਼ ਦੇ ਵਿੱਚ ਆਇਆ ਉਹ ਹਿਮਾਚਲੀ ਟੋਪੀ ਵਾਲੇ ਦਾ ਥੱਪੜ ਵੀ ਤਾਂ ਫਿਰ ਗਲਤ ਹੈ ਨਾ, ਉਹ ਵੀ ਇੱਕ ਕੁੜੀ ਦੇ ਵੱਜ ਰਿਹਾ। ਅਸੀਂ ਉਸ ਥੱਪੜ ਦੀ ਕਿਉਂ ਨਹੀਂ ਗੱਲ ਕਰਦੇ? ਫਿਰ ਸਾਡਾ ਮੀਡੀਆ ਉਸ ਥੱਪੜ ਨੂੰ ਕਿਉਂ ਨਹੀਂ ਦਿਖਾ ਰਿਹਾ? ਥੱਪੜ ਤਾਂ ਥੱਪੜ ਹੈ, ਕੁੜੀ ਤਾਂ ਕੁੜੀ ਆ, ਕੁੜੀ ਤਾਂ ਕੁੜੀ। ਚਲੋ ਮੈਂ ਤਾਂ ਦੋਗਲਾਪਨ ਨਹੀਂ ਦਿਖਾ ਰਿਹਾ, ਮੈਂ ਤਾਂ ਕਹਿ ਰਿਹਾ ਕਿ ਯਾਰ ਨਹੀਂ ਹੋਣੀ ਚਾਹੀਦੀ, ਫਿਰ ਅੱਧੀ ਗੱਲ ਨਾ ਨਾ ਕਰੋ। ਹਾਂ ਬਿਲਕੁਲ ਗੱਲ ਠੀਕ ਹੈ, ਪੂਰੀ ਗੱਲ ਨੂੰ ਸਿਰੇ ਤੱਕ ਖੜੋ ਤੇ ਸਹੀ ਨਾ ਜੀ, ਕਿ ਉਹ ਥੱਪੜ ਤਾਂ ਥੱਪੜ ਆ ਯਾਰ। ਹੁਣ ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ 'ਚ, ਕਿ ਦੇਖੋ ਤੁਹਾਡੇ ਸਾਹਮਣੇ ਵਰਸ਼ਨ ਆ ਗਿਆ ਕੰਗਣਾ ਰਣੌਤ ਦਾ, ਉਹਨੇ ਕਿਹਾ ਕਿ ਮੇਰੇ ਮੂੰਹ 'ਤੇ ਹਿੱਟ ਕੀਤਾ, ਉਸ ਤੋਂ ਬਾਅਦ ਫਿਰ ਜੋ ਉਹਨੇ ਅਗਾਂਹ ਜਾ ਕੇ ਅੱਤਵਾਦ ਨਾਲ ਜੋੜ ਦਿੱਤਾ, ਉਗਰਵਾਦ ਨਾਲ ਜੋੜ ਦਿੱਤਾ, ਜੋ ਉਹਦੀ ਮਾਨਸਿਕਤਾ ਬਣ ਚੁੱਕੀ ਹੈ, ਉਸਨੂੰ ਹਰੇਕ ਦਸਤਾਰਧਾਰੀ, ਹਰੇਕ ਪੰਜਾਬੀ ਉਹ ਖਾਲਿਸਤਾਨੀ ਨਜ਼ਰ ਆਉਂਦਾ, ਵੱਖਵਾਦੀ ਨਜ਼ਰ ਆਉਂਦਾ, ਅੱਤਵਾਦੀ ਨਜ਼ਰ ਆਉਂਦਾ, ਉਹਦੀ ਪ੍ਰੋਬਲਮ ਹੈ ਜੀ। ਉਹਦਾ ਇਲਾਜ ਨਾ ਮੈਂ ਕਰ ਸਕਦਾ, ਨਾ ਤੁਸੀਂ ਕਰ ਸਕਦੇ ਹਾਂ, ਨਾ ਕੋਈ ਸੰਸਾਰ 'ਚ ਡਾਕਟਰ ਕਰ ਸਕਦਾ। ਉਹ ਜਿਹੜੀ ਐਨਕ ਉਹਦੇ ਲੱਗੀ ਉਹਨੂੰ ਉਹਦੇ ਵਿੱਚ ਕੁਛ ਦੇਖ, ਬਿਲਕੁਲ ਉਹਨੇ ਇਹ ਜ਼ਹਿਰ ਹੀ ਡੋਲਣਾ, ਭਾਵੇਂ ਉਹਦੇ ਮੈਂ ਕਹਿੰਦਾ ਕਿ ਉਹਦੇ ਸਾਰੇ ਦੰਦ ਬਾਹਰ ਕੱਢ ਦਿੰਦੀ ਕੁਲਵਿੰਦਰ ਕੌਰ, ਉਹਨੇ ਤਾਂ ਵੀ ਕਰਕੇ ਜ਼ਹਿਰ ਹੀ ਡੋਲਣਾ ਸੀਗਾ, ਹਟਣਾ ਵੀ ਨਹੀਂ, ਹਟ ਵੀ ਆਪਾਂ ਨੂੰ ਪਤਾ ਬਿਲਕੁਲ ਉਹਨੇ ਨਹੀਂ ਹਟਣਾ, ਚਾਹੇ 44 ਥੱਪੜ ਕਿਉਂ ਨਾ ਬੱਚਿਆਂ ਨੂੰ ਉਹਦੇ। ਦੂਜੀ ਚੀਜ਼ ਇਹ ਆ ਕਿ ਜੋ ਗੱਲ ਨਿਕਲ ਕੇ ਆ ਰਹੀ ਆ, ਇੱਕ ਵੀਡੀਓ ਉੱਧਰੋਂ ਆਈ ਆ ਕਿ ਮੇਰੇ ਹਿੱਟ ਕੀਤਾ, ਦੂਜੀ ਸਿਰਫ ਤੇ ਸਿਰਫ ਇੱਕ ਕਲਿੱਪ ਹੈ ਜਿਹਦੇ 'ਚ ਕੁਲਵਿੰਦਰ ਕੌਰ ਕਹਿ ਰਹੀ ਆ ਕਿ ਇਹਨੇ ਬਿਆਨ ਦਿੱਤਾ ਸੀਗਾ ਕਿ 100-100 ਰੁਪਈਆ ਲੈ ਕੇ ਧਰਨਿਆਂ 'ਤੇ ਬਹਿੰਦੀਆਂ, ਵਿੱਚ ਮੇਰੀ ਮਾਂ ਸੀ, ਇਹ ਵੀ ਬੈਠ ਕੇ ਦਿਖਾਵੇ। ਹੁਣ ਗੱਲ ਇਹ ਆ ਕਿ ਦੋ ਵੀਡੀਓ ਨੇ ਸਾਡੇ ਕੋਲ ਛੁੱਟੀਆਂ, ਥੱਪੜ ਵੱਜਿਆ ਉਹ ਸਿਰਫ ਕੰਗਣਾ ਰਣੌਤ ਹੀ ਦੱਸ ਰਹੀ ਆ ਔਨ ਕੈਮਰਾ ਜਾਂ ਮੀਡੀਆ ਦੱਸ ਰਿਹਾ, ਇਹ ਜਾਂਚ ਪੜਤਾਲ ਦਾ ਵਿਸ਼ਾ ਕਿ ਥੱਪੜ ਵੱਜਿਆ ਕਿ ਨਹੀਂ ਵੱਜਿਆ। ਦੂਜੀ ਚੀਜ਼, ਥੱਪੜ ਤੱਕ ਨੌਬਤ ਕਿਵੇਂ ਆਈ ਆ, ਕਿਉਂ ਆਈ ਆ? ਦੇਖੋ ਮੈਂ ਨਾ ਜ਼ਿਆਦਾ ਰਵੀਲ ਨਹੀਂ ਕਰਾਂਗਾ ਇਸ ਮਾਮਲੇ 'ਚ ਜੀ, ਮੇਰੇ ਆਪਣੇ ਚਲੋ ਹੈਗੇ ਨੇ ਸਾਰਿਆਂ ਦੇ ਜਿਵੇਂ ਹੁੰਦੇ ਆ ਸੋਰਸਿਸ,
ਸਿਕਿਉਰਿਟੀ ਨਾਲ ਹੀ ਜੁੜੇ ਇੱਕ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਸੋਰਸ ਨੇ ਮੈਨੂੰ ਜੋ ਦੱਸਿਆ ਕਿ ਅਸਲ ਦੇ ਵਿੱਚ ਔਰ ਇੱਕ ਮੀਡੀਆ ਰਿਪੋਰਟ ਵੀ ਇਹ ਕਹਿੰਦੀ, ਹਾਲਾਂਕਿ ਬਾਅਦ ਦੇ ਵਿੱਚ ਕਿਸੇ ਵੀ ਮੀਡੀਆ ਰਿਪੋਰਟ 'ਚ ਇਹਦਾ ਜ਼ਿਕਰ ਨਹੀਂ ਹੈ। ਜੋ ਮੈਨੂੰ ਸੁਣਨ ਦੇ ਵਿੱਚ ਮਿਲਿਆ, ਹੋ ਸਕਦਾ ਕਿ ਮੈਂ ਗਲਤ ਹੋਵਾਂ, ਇੱਕ ਮੀਡੀਆ ਰਿਪੋਰਟ 'ਚ ਮੈਂ ਸਿਰਫ ਪੜ੍ਹਿਆ ਪਰ ਕਿਸੇ ਨੇ ਛਾਪਿਆ ਨਹੀਂ ਹੈ ਉਸਨੂੰ, ਉਹ ਮੈਂ ਡਿਜੀਟਲ ਉਹਨਾਂ ਦਾ ਜਿਹੜਾ ਵਰਜ਼ਨ ਹੈ ਉਹਦੇ ਵਿੱਚ ਹੀ ਦੇਖਿਆ। ਹੁਣ ਹੁੰਦਾ ਕੀ ਹੈ ਕਿ ਜਦੋਂ ਇਹ ਬੀਬੀ ਜਾਂਦੀ ਆ ਲਾਈਨ ਦੇ ਵਿੱਚ ਜਿੱਥੇ ਉਹਨਾਂ ਨੇ ਤਲਾਸ਼ੀ ਕਰਨੀ ਸੀਗੀ, ਮਸਲਾ ਜਿਹੜਾ ਬਣਦਾ ਉਹ ਬਣਦਾ ਮੋਬਾਈਲ ਨੂੰ ਲੈ ਕੇ। ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਮੋਬਾਈਲ ਟ੍ਰੇ 'ਚ ਰੱਖਿਆ ਜਾਂਦਾ ਅਤੇ ਉਹ ਘੁਮਾਇਆ ਜਾਂਦਾ ਅਤੇ ਫਿਰ ਉਹ ਸਕੈਨ ਹੁੰਦਾ ਹੈ ਕਿ ਉਹਦੇ ਵਿੱਚ ਕੋਈ ਚੀਜ਼ ਤਾਂ ਨਹੀਂ ਹੈ ਸੀ। ਹਾਂਜੀ, ਮੋਬਾਈਲ ਗੈਜਟਸ ਹੈ ਨਾ ਜਿਹੜੇ ਏਅਰਪੋਰਟ ਦੇ ਉੱਪਰ ਇੱਦਾਂ ਹੀ ਹੁੰਦਾ। ਮੈਂ ਏਅਰਪੋਰਟ 'ਤੇ ਨਹੀਂ ਗਿਆ, ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ, ਮੈਂ ਕਦੇ ਜ਼ਿੰਦਗੀ 'ਚ ਨਹੀਂ ਗਿਆ, ਨਾ ਮੈਂ ਕਿਸੇ ਨੂੰ ਛੱਡਣ ਗਿਆ, ਨਾ ਮੈਂ ਲੈਣ ਗਿਆ ਅਤੇ ਨਾ ਹੀ ਮੈਂ ਚੜਿਆ ਨਾ ਮੈਂ ਉਤਰਿਆ ਜੀ। ਪਰ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਹ ਜੋ ਕਹਿ ਲਓ ਕਿ ਪ੍ਰੋਟੋਕੋਲ ਸੀਗਾ, ਕੁਲਵਿੰਦਰ ਕੌਰ ਨੇ ਕਿਹਾ ਕਿ ਤੁਹਾਨੂੰ ਇਹ ਦੇਣਾ ਪਵੇਗਾ, ਇਸ ਬੀਬੀ ਨੇ ਕਿਹਾ ਕਿ ਮੈਂ ਆਪਦਾ ਮੋਬਾਈਲ ਨਹੀਂ ਦੇਵਾਂਗੀ, ਮੈਂ ਐਮ ਪੀ ਹਾਂ। ਕੁਲਵਿੰਦਰ ਕੌਰ ਨੇ ਕਿਹਾ ਕਿ ਜੇ ਤੁਸੀਂ ਐਮ ਪੀ ਹੋ ਤਾਂ ਫਿਰ ਤੁਸੀਂ ਜਿਹੜੀ ਵਿਸ਼ੇਸ਼ ਲਾਈਨ ਹੈ ਜੋ ਵੀ ਆਈ ਪੀਜ਼ ਵਾਸਤੇ ਹੈ, ਬਈ ਤੁਸੀਂ ਉੱਧਰ ਜਾਓ। ਜੇ ਤੁਸੀਂ ਸਧਾਰਨ ਲਾਈਨ ਰਾਹੀਂ ਸਧਾਰਨ ਯਾਤਰੀ ਦੇ ਤੌਰ 'ਤੇ ਗੁਜ਼ਰੋਗੇ, ਪ੍ਰੋਟੋਕੋਲ ਤੁਹਾਨੂੰ ਫੋਲੋ ਕਰਨਾ ਪੈਣਾ ਜੀ। ਇਹ ਹਿੰਜਰਗੀ ਆ ਬੀਬੀ, ਇਹਨੇ ਕਿਹਾ ਕਿ ਤੂੰ ਕੌਣ ਹੁੰਦੀ ਹੈ, ਮੈਂ ਤੇਰੀ ਬਦਲੀ ਕਰਾ ਦੂੰਗੀ, ਇਹ ਹੈ ਵੋ ਹੈ, ਤੇਰਾ ਨਾਮ ਕੀ ਹੈ। ਇਹਨੇ ਜਦੋਂ ਨੇਮ ਪਲੇਟ ਤੋਂ ਨਾਂ ਪੜ੍ਹਿਆ ਇਹ ਹੋਰ ਵੀ ਤਹਿ 'ਚ ਆ ਗਈ। ਇਹਨੇ ਕਿਹਾ ਅੱਛਾ ਤੂੰ ਖਾਲਿਸਤਾਨੀ ਆ, ਤੂੰ ਵੋ ਆ, ਯੋ ਆ, ਦੱਸ ਦਿਆ ਕਿ ਉੱਥੋਂ ਫਿਰ ਇਹ ਗੱਲ ਜਿਹੜੀ ਆ ਇੱਥੋਂ ਤੱਕ ਪਹੁੰਚੀ ਆ। ਮਤਲਬ ਤੂੰ ਤਾਂ ਰੱਖ ਤੋਂ ਕੰਮ ਚੱਲ, ਬਿਲਕੁਲ ਬਿਲਕੁਲ ਜਿੰਨੀ ਕੁ ਸਾਨੂੰ ਜਾਣਕਾਰੀ ਦੂਜੀ ਸਾਈਡ ਤੋਂ ਮਿਲ ਰਹੀ ਆ ਜੀ, ਹਾਲਾਂਕਿ ਇਹਦੀ ਵੀ ਕੋਈ ਪੁਸ਼ਟੀ ਆਪਾਂ ਨਹੀਂ ਕਰ ਸਕਦੇ, ਜਾਣਕਾਰੀ ਆ। ਇਹ ਦੈਨਿਕ ਭਾਸਕਰ ਨੇ ਕੱਲ ਆਪਣੇ ਡਿਜੀਟਲ ਅੰਕ 'ਚ ਜ਼ਰੂਰ ਛਾਪੀ ਸੀ, ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਪ੍ਰਿੰਟ 'ਚ ਨਹੀਂ ਉਹਨਾਂ ਨੇ ਛਾਪੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ CISF ਦੇ ਸੂਤਰ ਨੇ ਦੱਸਿਆ, ਦੇਖੋ ਜਿਹੜਾ ਪੱਤਰਕਾਰ ਰਿਪੋਰਟ ਕਰ ਰਿਹਾ ਆਪਾਂ ਨੂੰ ਪਤਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਤਾਂ ਉਹਨੇ ਆਪਣਾ ਸੂਤਰ ਰਿਵੀਲ ਕੀਤਾ ਉਸ ਕੱਲ੍ਹ ਵਾਲੀ ਰਿਪੋਰਟ ਦੇ ਵਿੱਚ। ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਕੱਢ ਕੇ ਵੀ ਦਿਖਾ ਦੂੰਗਾ, ਮੈਂ ਕਿਉਂਕਿ ਮੁੜ ਕੇ ਡਿਲੀਟ ਕਰ ਦਿੰਦੇ ਹੁੰਦੇ ਆ, ਮੈਂ ਕੱਢ ਕੇ ਵੀ ਰੱਖੀ ਆ ਉਹ। ਤਾਂ ਉਹਦੇ ਵਿੱਚ ਪੱਤਰਕਾਰ ਨੇ, ਉਕਤ ਪੱਤਰਕਾਰ ਨੇ ਕਿਹਾ ਹੈ, ਦਾਅਵਾ ਕੀਤਾ ਕਿ CISF ਦੇ ਸੂਤਰ ਨੇ ਹੀ ਮੈਨੂੰ ਦੱਸਿਆ ਕਿ ਬਈ ਇਹ ਜਿਹੜੀ ਤਲਖੀ ਹੋਈ ਆ ਇਹ ਮੋਬਾਈਲ ਟ੍ਰੇ 'ਚ ਰਖਵਾਉਣ ਤੋਂ ਹੋਈ ਆ। ਤਾਂ ਫਿਰ ਜਾਂਚ ਪੜਤਾਲ ਤੇ ਬਰੀਕੀ ਨਾਲ ਇਸ ਪੱਖ ਤੋਂ ਵੀ ਹੋਣੀ ਚਾਹੀਦੀ ਆ ਕਿ ਪ੍ਰਵੋਕ ਕਿਸਨੇ ਕੀਤਾ। ਇਹੀ ਕਾਰਨ ਆ, ਮੇਰਾ ਮੰਨਣਾ ਇਹੀ ਕਾਰਨ ਆ ਕਿ ਉਸ ਬੀਬੀ 'ਤੇ ਯਾਨੀ ਕੁਲਵਿੰਦਰ ਕੌਰ 'ਤੇ ਕਾਰਵਾਈ ਨਹੀਂ ਹੋਈ CISF, ਕਿਉਂਕਿ ਮੁਲਾਜ਼ਮ ਦੂਸਰੇ ਨਾਲ ਹੋਣਗੇ ਔਰ ਮੁਲਾਜ਼ਮ ਮੁਲਾਜ਼ਮ ਦੇ ਨਾਲ ਖਲੋਂਦਾ ਹੁੰਦਾ, ਚਾਹੇ ਖੁੱਲ੍ਹ ਕੇ ਨਾ ਸਹੀ ਪਰ ਅੰਦਰ ਖਾਤੇ 'ਤੇ ਦੱਸਦਾ ਨਾ ਕਿ ਆਹ ਗੱਲਬਾਤ ਹੋਈ ਹੈ ਜੀ ਜੀ, ਕੋਈ ਇੱਕ ਤਾਂ ਮੁਲਾਜ਼ਮ ਉੱਥੇ ਹੋਏਗਾ ਨਹੀਂ। ਸੋ ਇਸੇ ਕਰਕੇ FIR ਰੋਕ ਰੱਖੀ ਸੀਗੀ ਇਹਨਾਂ ਨੇ ਰਾਤ ਤੱਕ ਜੀ। ਮੈਂ ਤਾਂ ਇਹ ਵੀ ਸੁਣਿਆ ਕਿ ਹਿਰਾਸਤ ਦੇ ਵਿੱਚ ਵੀ ਨਹੀਂ ਹੈ, ਹਾਲਾਂਕਿ ਚਲੋ ਉਹ ਆਪਾਂ ਨੂੰ ਪਤਾ ਕਿ ਓਫੀਸ਼ਲੀ ਹਿਰਾਸਤ ਦਾ ਵੀ ਐਲਾਨ ਨਹੀਂ ਕੀਤਾ ਜਾ ਰਿਹਾ ਕਿ ਉਹ ਹਿਰਾਸਤ ਦੇ ਵਿੱਚ ਨੇ ਜੀ। ਸੋ ਇਹ ਆਫ ਦੀ ਰਿਕਾਰਡ ਤਾਂ ਆਪਾਂ ਨੂੰ ਚਲੋ ਜਾਣਕਾਰੀ ਜਿੰਨੀ ਕੁ ਮਿਲੀ ਹੈ ਕਿ ਨਹੀਂ ਹਾਲੇ ਤੱਕ। ਹਾਂ ਬਿਲਕੁਲ, ਹਿਰਾਸਤ ਦੇ ਵਿੱਚ ਵੀ ਨਹੀਂ। ਹਾਂ ਠੀਕ ਹੈ, ਪੁੱਛਗਿੱਛ ਹੋਏਗੀ, ਸਭ ਕੁਛ ਹੋਏਗਾ, ਕਿਉਂਕਿ ਕੁਲਵਿੰਦਰ ਕੌਰ ਦਾ ਸਰਵਿਸ ਰਿਕਾਰਡ ਸ਼ਾਨਦਾਰ ਹੈ, ਉਹਨਾਂ ਦਾ ਜਿਹੜਾ ਪਤੀ ਹੈ ਉਹ ਵੀ CISF ਦਾ ਜਵਾਨ ਹੈ ਜੀ, ਦੋਨੇ ਜੀ ਹੀ CISF ਦੀ ਸੇਵਾ ਕਰਦੇ ਆ ਅਤੇ ਸ਼ਾਨਦਾਰ ਟਰੈਕ ਰਿਕਾਰਡ ਆ ਉਹਨਾਂ ਦਾ ਸਰਵਿਸ ਦੇ ਵਿੱਚ।
ਸੋ ਇਸ ਕਰਕੇ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਕਿ ਕੰਗਣਾ ਰਣੌਤ ਜਿਹਦਾ ਮਿਜ਼ਾਜ ਹੀ ਇਸ ਤਰ੍ਹਾਂ ਦਾ, ਇਸਨੇ ਕਿਸ ਬੰਦੇ ਦੀ ਮਿੱਟੀ ਨਹੀਂ ਕੀਤੀ ਮੈਨੂੰ ਦੱਸੋ, ਰਿਤਿਕ ਰੌਸ਼ਨ ਤੋਂ ਲੈ ਕੇ, ਚਲ ਹਾਲਾਂਕਿ ਮੈਂ ਪਰਸਨਲ ਜ਼ਿੰਦਗੀ 'ਚ ਨਹੀਂ ਜਾਂਦਾ ਹੁੰਦਾ, ਆਦਿਤ ਪੰਚੋਲੀ ਤਾਂ ਕਿਸ ਬੰਦੇ ਨੂੰ ਛੱਡਿਆ ਇਸਨੇ, ਇਹ ਤਾਂ ਮਤਲਬ ਕਿ ਫਿਰ ਜਿੱਦਾਂ ਦਾ ਬੋਲ ਚਾਲ ਹੈ ਇਹਦਾ, ਆਪਾਂ ਤਾਂ ਹੁਣ ਕੀ ਕਹੀਏ, ਮੂੰਹ ਫੱਟ ਜਿੱਦਾਂ ਆਪਾਂ ਕਹਿ ਲਈਏ ਕਿਸੇ ਨੂੰ ਕਿ ਉਹ ਜੋ ਵੀ ਮੂੰਹ 'ਚ ਆਉਂਦਾ ਫਿਰ ਬੋਲਦੀ ਆ ਬੀਬੀ, ਤਾਂ ਹੋ ਸਕਦਾ ਕਿ ਇਹਦਾ ਜਿਹੜਾ ਵਤੀਰਾ ਹੈ ਉਹ ਤਾਂ ਪਹਿਲਾਂ ਨਾਲੋਂ ਵੀ ਵਿਗੜ ਗਿਆ ਹੋਵੇ ਕਿਉਂਕਿ ਐਮ ਪੀ ਬਣ ਗਈ ਹੈ। ਮੈਨੂੰ ਤਾਂ ਇੱਦਾਂ ਇੱਦਾਂ ਮਹਿਸੂਸ ਹੁੰਦਾ ਮਿੰਟੂ ਜੀ ਕਿ ਬੀਬੀ ਮੇਲਾ ਦਾ ਕੰਮ ਹੁੰਦਾ ਨਾ ਕਿ ਆਪਾਂ ਬੋਲਣ ਤੋਂ ਪਹਿਲਾਂ ਸੋਚਦੇ ਮਿਲ ਰਹੇ, ਸੋਚ ਕੇ ਵੀ ਬੋਲਣ ਤੋਂ ਬਾਅਦ ਨਹੀਂ, ਉਸ ਤੋਂ ਬਾਅਦ ਵੀ ਨਹੀਂ ਬੋਲਦੀ। ਇਹਦੀ ਭੈਣ ਵੀ ਇਹਦੇ ਤੋਂ ਦੋ ਰੱਤੀਆਂ ਗਾਵਾਂ, ਉਹਨੇ ਵੀ ਹੁਣ ਸਟੋਰੀਆਂ ਪਾ ਰੱਖੀਆਂ ਨੇ ਕਿ ਖਾਲਿਸਤਾਨੀ ਨੇ ਫਲਾਇਆ ਟਮਕਾਇਆ, ਵੀ ਜਿਹੜੇ ਸੀ ਆਈ ਐੱਸ ਐੱਫ ਦੇ ਵਿੱਚ 15 ਸਾਲ ਸ਼ਾਨਦਾਰ ਸਰਵਿਸ ਰਿਕਾਰਡ ਰੱਖਦੇ ਆ, ਜਿਹੜੇ ਬਾਰਡਰਾਂ 'ਤੇ ਸ਼ਹੀਦ ਹੁੰਦੇ ਆ, ਹਰੇਕ ਹਫ਼ਤੇ ਆਪਣੇ ਪੰਜਾਬ 'ਚ ਤਿਰੰਗੇ 'ਚ ਜਵਾਨਾਂ ਦੀ ਲਾਸ਼ ਆ ਜਾਂਦੀ ਆ ਬਾਰਡਰਾਂ 'ਤੇ, ਸਭ ਤੋਂ ਪਹਿਲਾਂ ਇਹ ਜੂਝਦੇ ਆ। ਤੁਸੀਂ ਮਤਲਬ ਕਿ ਹਾਲੇ ਵੀ ਦੋਵੇਂ ਭੈਣਾਂ ਜਿਹੜੀਆਂ ਲੱਗੀਆਂ ਹੋਈਆਂ ਜੀ, ਇਹਨਾਂ ਦੀ ਇਹ ਗੱਲ ਕਈ ਪਿੰਡ ਵਾਲਿਆਂ ਨੇ ਵੀ ਇਹ ਗੱਲ ਕੀ, ਕਹਿੰਦੇ ਸਾਡੇ ਪਿੰਡ ਦੇ ਵੀ ਕਈ ਜਿਹੜੇ ਆ ਨਾ ਸ਼ਹੀਦ ਹੋਏ ਆ ਪਹਿਲਾਂ ਜਵਾਨ ਜੀ ਜੀ, ਫਿਰ ਇਹਦਾ ਮਤਲਬ ਸਾਰੇ ਖਾਲਿਸਤਾਨੀ ਆ ਬਾਈ, ਫਿਰ ਸਾਰਿਆਂ ਨੂੰ ਇੱਕੋ ਰਸੇ ਤੁਸੀਂ ਬੰਨ੍ਹੇ ਹੋਏ ਤਾਂ ਇੱਧਰਲੇ ਪਾਸਿਓ। ਹਾਂਜੀ ਹਾਂਜੀ ਹਾਂਜੀ, ਬਾਕੀ ਸਤਵੰਤ ਤੁਸੀਂ ਲਓ। ਹਾਂ ਮੈਂ ਇੱਕ ਦੋ ਕਮੈਂਟ ਲੈ ਲਿਆ ਮਿੰਟੂ ਜੀ, ਸਤਵੰਤ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ, ਤਾਂ ਇਹਦੇ ਨਾਲ ਹੀ ਦੀਪਿੰਦਰ ਜੀ ਇਹ ਕਹਿੰਦੇ ਪਏ ਨਹੀਂ ਬਾਈ ਖੁੱਲ੍ਹ ਕੇ ਕੀ ਬੋਲੀਏ ਹੁਣ ਦੱਸੋ ਤੁਸੀਂ ਮੈਨੂੰ, ਖੁੱਲ੍ਹ ਕੇ ਤੇਰੇ ਮਸਲੇ ਉੱਤੇ ਆਪਾਂ ਪੂਰਾ ਬੋਲਦੇ ਪਏ ਹਾਂ, ਕਹਿੰਦੇ ਕਿ ਖੁੱਲ੍ਹ ਕੇ ਕਹੋ ਜੀ ਕਿ ਗਲਤ ਹੈ ਜੀ, ਤਾਂ ਪਬਲਿਕ ਦੇ ਓਪੀਨੀਅਨ ਨੂੰ ਆਪਦੇ ਹਿਸਾਬ ਦੇ ਨਾਲ ਨਾ ਚਲਾਓ। ਅਰੇ ਸਰ ਅਸੀਂ ਮੈਂ ਤਾਂ ਕਹਿ ਮੈਂ ਤਾਂ ਦੇਖੋ ਮੈਂ ਕਿਸੇ ਦੇ ਓਪੀਨੀਅਨ ਨੂੰ ਕਿਵੇਂ ਬਦਲ ਸਕਦਾ ਜੀ, ਮੇਰਾ ਆਪਣਾ ਓਪੀਨੀਅਨ, ਮੈਂ ਥੱਪੜ ਨੂੰ ਕਹਿੰਦਾ ਕਿ ਗਲਤ ਹੈ, ਹੋਰ ਕੀ ਥੱਪੜ ਨੂੰ ਫੁੱਲ ਥੋੜ੍ਹਾ ਕਿਹਾ ਜਾ ਸਕਦਾ। ਹਾਂਜੀ ਮੈਂ ਤਾਂ ਕਿਹਾ ਜੀ, ਹੋਰ ਕੀ ਹੁਣ ਮੈਂ ਕਿਸੇ ਨੂੰ ਡਾਂਗ ਮਾਰ ਦੇਵਾਂ, ਪਰ ਮੈਂ ਕੰਗਣਾ ਰਣੌਤ ਨੂੰ ਵੀ ਗਲਤ ਕਿਹਾ ਸ਼ੁਰੂ ਤੋਂ, ਜਿਸ ਤਰ੍ਹਾਂ ਇਸ ਬੀਬੀ ਨੇ 100-100 ਰੁਪਈਏ ਵਾਲੀ ਗੱਲ ਕੀਤੀ, ਪਤਾ ਕਿੱਡੀ ਭੈੜੀ ਹੈ ਜ਼ੋਰ ਜੀ, ਪੈਸਿਆਂ 'ਤੇ ਪਤਾ ਆਪਾਂ ਕੀ ਕਹਿੰਦੇ, ਮੈਂ ਉੱਧਰ ਜਾਣਾ ਨਹੀਂ ਚਾਹੁੰਦਾ, ਇਹ ਮਿਹਣਾ ਪਤਾ ਕਿਉਂ ਦੇਈਦਾ ਹੁੰਦਾ, ਕਦੋਂ ਦੇਈਦਾ ਹੁੰਦਾ, ਕਦੇ ਡੂੰਘਾਈ 'ਚ ਜਾ ਕੇ ਦੇਖਿਓ, ਕਤਲ ਹੋ ਜਾਂਦੇ ਨੇ ਇਹਨਾਂ ਚੀਜ਼ਾਂ 'ਤੇ ਜੀ। ਸੋ ਗੱਲ ਇਹ ਆ ਕਿ ਮੈਂ ਤਾਂ ਤੁਹਾਨੂੰ ਜਰਨੈਲ ਸਿੰਘ ਤੋਂ ਲੈ ਕੇ ਦੱਸ ਦਿੱਤਾ ਕਿ ਮੈਂ ਕਦੇ ਇਹਨਾਂ ਚੀਜ਼ਾਂ ਦੀ ਵਕਾਲਤ ਨਹੀਂ ਕੀਤੀ, ਤੁਸੀਂ ਸ਼ਾਇਦ ਉਦੋਂ ਤੱਕ ਮੈਨੂੰ ਜਾਣਦੇ ਵੀ ਨਹੀਂ ਹੋਗੇ ਜਦੋਂ ਤੱਕ ਦੀਆਂ ਘਟਨਾਵਾਂ ਮੈਂ ਤੁਹਾਨੂੰ ਦੱਸੀਆਂ ਜੀ। ਬਾਕੀ ਬੇਬੇ ਮੈਂ ਕਹਿੰਦਾ ਵੀ ਉਹ ਤਾਂ ਨਾ ਕੇਸ ਕੀਤਾ, ਪਰ ਉਹਨੇ ਕੋਈ ਬਿਆਨ ਕੇਸ ਦਾ ਨਹੀਂ ਦਿੱਤਾ। ਹਾਂ ਬਿਲਕੁਲ, ਇਹਦੇ ਤੋਂ ਲੀਗਲੀ ਕਾਰਵਾਈ ਕਰੋ ਯਾਰ, ਕਰਨੀ ਚਾਹੀਦੀ ਆ। ਤਾਂ ਕੰਗਣਾ ਰਣੌਤ ਜੋ ਬੋਲਦੀ ਆ ਜੋ ਕਰਦੀ ਆ ਨਾ ਬੀਬੀ, ਇਹਦੀ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਖਾਸੀਅਤ ਨਹੀਂ ਹੈਗੀ ਸਮਾਜ ਪ੍ਰਤੀ ਕਿ ਬਹੁਤ ਵਿਸ਼ੇਸ਼ਤਾ ਹੈ ਇਹਦੀ ਯਾਰ, ਇਹ ਬੜਾ ਵੱਡਾ ਯੋਗਦਾਨ ਹੈ ਇਹਦਾ, ਇਹ ਵੀ ਤੋੜਨ ਦਾ ਕੰਮ ਕਰਦੀ ਆ, ਇਹ ਵੀ ਸਮਾਜ ਦੇ ਵਿੱਚ ਵੰਡੀਆਂ ਪਾਉਣ ਦਾ ਯਤਨ ਕਰਦੀ ਆ, ਮਤਸਵੀ ਸੋਚ ਹੈ, ਮੈਂ ਇਹ ਵੀ ਗੱਜ ਕੇ ਕਹੂੰਗਾ। ਜੇ ਤੁਸੀਂ ਥੱਪੜ ਦਾ ਕਹਿੰਦੇ ਹੋ ਨਾ, ਉਹ ਤਾਂ ਮੈਂ ਕਿਹਾ ਸ਼ੁਰੂ 'ਚ, ਪਰ ਇਹ ਜੋ ਸੋਚ ਰੱਖ ਕੇ ਚੱਲਦੀ ਆ, ਜਿਸ ਤਰ੍ਹਾਂ ਦਾ ਇਸ ਬੀਬੀ ਦਾ ਬੋਲਣ ਦਾ ਢੰਗ ਆ, ਜੋ ਇਹ ਦੇਸ਼ ਦੀ ਬੁਨਿਆਦੀ ਸੰਘਰਸ਼ਾਂ 'ਤੇ ਟਿੱਕੀ, ਅੰਦੋਲਨਾਂ 'ਤੇ ਟਿੱਕੀ ਆ, ਜਿਸ ਤਰ੍ਹਾਂ ਇਸਨੇ ਬਕਵਾਸ ਕੀਤੇ, ਮੈਂ ਉਹਨੂੰ ਵੀ ਹਮੇਸ਼ਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਲੋਚਨਾਤਮਕ ਹੀ ਲਊਂਗਾ। ਜੀ 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 ਜੀ, ਮਨੂ ਜੀ ਕਹਿੰਦੇ ਕਿ ਇੱਕ ਮੂਵੀ ਵੀ ਆ ਰਹੀ ਹੈ ਇਹਨਾਂ ਦੀ ਕੰਗਣਾ ਦੀ ਜੀ, ਚਲੋ ਕੋਈ ਨਹੀਂ, ਮੂਵੀਆਂ ਛੂਵੀਆਂ ਤਾਂ ਬਈ ਕਰਨਗੀਆਂ ਨੇ ਇਹਨਾਂ ਨੇ ਜੀ।